दैनिक सवेरा अंधेरे से उजाले की ओर। जालंधर के अधीन आते विधिपुर गांव में एक छत गिरने से एक व्यक्ति गंभीर रूप से घायल हो गया। प्राप्त जानकारी के अनुसार मंजीत सिंह निवासी गांव विधिपुर अपने घर में काम कर रहा था कि अचानक से उसके घर की छत गिर गई। छत के गिरने से छत में लगा एक सरिया मंजीत सिंह के पीछे से होता हुआ उसकी छाती के आर पार हो गया। यह देख स्थानीय लोगों ने तुरंत मंजीत सिंह को मलबे से बाहर निकाल राव मंडी जालंधर कैंट से जौल अस्पताल में दाखिल करवाया। यहां पर उसका इलाज कर रहे डॉक्टर बीएस जौल का कहना है कि अभी मंजीत सिंह की हालत काफी गंभीर है। फिलहाल डॉक्टरों द्वारा मंजीत सिंह की हालत में सुधार लाने की पूरी कोशिश की जा रही है। ਜਿਹਦੇ ਸਰੀਆ ਪਿੱਛ ਵਿੱਚੋਂ ਲੱਗ ਕੇ ਅੱਗੇ ਪੇਟ ਤੋਂ ਬਾਹਰ ਆਇਆ ਹੋਇਆ ਆਪਰੇਸ਼ਨ ਦੀ ਤਿਆਰੀ ਚੱਲ ਰਹੀ ਆ। ਲੱਗਦਾ ਅਗਲੇ 15 ਤੋਂ 20 ਮਿੰਟ ਦੇ ਵਿੱਚ ਅਸੀਂ ਇਹਨੂੰ ਆਪਰੇਸ਼ਨ ਸਟਾਰਟ ਕਰਾਂਗੇ ਔਰ ਅਗਲੇ 4 ਘੰਟਿਆਂ ਦੇ ਵਿੱਚ ਅਸੀਂ ਇਹਦੀ ਜਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੇਰੇ ਸ਼ਾਇਦ ਪਿਛਲੇ ਕੈਰੀਅਰ ਦੇ ਵਿੱਚ ਸਾਡੇ ਹਸਪਤਾਲ ਦੇ ਵਿੱਚ ਪਹਿਲਾ ਕੇਸ ਆ ਜਿਹਦੇ ਵਿੱਚ ਕੋਈ ਫੋਰਨ ਬੋਡੀ ਆਰ ਪਾਰ ਹੋ ਕੇ ਵਿੱਚ ਹੀ ਪੇਸ਼ੈਂਟ ਲੈ ਕੇ ਆਇਆ। ਇਹਨੂੰ ਇਸ ਟ੍ਰੇਡੀ ਪੋਜੀਸ਼ਨ ਦੇ ਵਿੱਚ ਹੀ ਐਨਸਥੀਸੀਆ ਦੇਵਾਂਗੇ ਔਰ ਉਸ ਤੋਂ ਬਾਅਦ ਪਿੱਛੋਂ ਸਰੀਆ ਛੋਟਾ ਕਰਕੇ ਪੇਸ਼ੈਂਟ ਨੂੰ ਸਿੱਧਾ ਕਰਕੇ ਅਗਲੇ ਪਾਸਿਓਂ ਅਸੀਂ ਇਹਨੂੰ ਕੱਢਾਂਗੇ। ਜੋ ਜੋ ਇਹਦੇ ਅੰਗ ਨੂੰ ਨੁਕਸਾਨ ਹੋਇਆ ਉਹਨਾਂ ਦੀ ਰਿਪੇਅਰ ਕਰਾਂਗੇ। ਪੇਸ਼ੈਂਟ ਇਸ ਵੇਲੇ ਸਟੇਬਲ ਹੈ ਬਟ ਅੰਦਰ ਕੀ ਨੁਕਸਾਨ ਹੋਇਆ ਉਹ ਤਾਂ ਆਪਰੇਸ਼ਨ ਦੇ ਦੌਰਾਨ ਜਾਂ ਆਪਰੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਊਟਕਮ ਕੀ ਹੈਗਾ। ਆਸਮਾਨ ਦਿਆਂ ਪਰਮਾਤਮਾ ਇਸ 'ਤੇ ਜ਼ਰੂਰ ਮਿਹਰ ਕਰੇਗਾ।